ਖਾਲਸਾ ਜੀ ਦਾਸ ਗਗਨਦੀਪ ਸਿੰਘ ਮੀਰਾ ਕੋਟੀਆ ਵੱਲੋਂ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਦਗੀ ਆਜ਼ਾਦੀ ਨਾਲ ਦਿਨ ਗੁਜ਼ਾਰਨ ਨੂੰ ਕਿਹਾ ਜਾਂਦਾ ਏ, ਗੁਲਾਮਾਂ ਦੀ ਕੋਈ ਜ਼ਿੰਦਗੀ ਨਹੀਂ। ਡਰ ਕੇ ਜ਼ਿੰਦਗੀ ਗੁਜ਼ਾਰੀ ਤਾਂ ਕੀ ਗੁਜ਼ਾਰੀ, ਗੁਲਾਮੀ ਨਾਮ ਤਾਂ ਹੈ ਸੁਤੰਤਰਤਾ ਸ਼ਾਮ ਹੈ। ਮਰਦ ਕਦੇ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕਰਿਆ ਕਰਦੇ। ਬੇਖੋ ਬਹੁਤ ਆਉਣ ਨਾ ਕਰੇ ਨੀਵੀ, ਕਦੇ ਜੰਗਲਾਂ ਵਾਂਗ ਨਾ ਲੁਕਦਾ ਏ, ਜਿੰਨੇ ਪਵਾਂ ਹੈ ਪਿੱਛੇ ਨਿਸ਼ਾਨਿਆਂ ਨੂੰ, ਨਹੀਂ ਵੇਖ ਤੂਫਾਨ ਨੂੰ ਰੋਕਦਾ ਏ। ਫੁੱਲ ਚੜਦੇ ਆ ਕਿਸੇ ਸਮਾਜ ਉੱਤੇ ਤੇ ਕਿਤੇ ਕਬਰ ਤੇ ਜਾ ਕੇ ਪਿਆ ਦੁੱਖਦਾ ਏ। ਇਹ ਸੰਸਾਰਿਕ ਲੜਾਈ ਦਾ ਮੈਦਾਨ ਹੈ, ਜਿੱਥੇ ਹਰ ਸਮੇਂ ਲੜਾਈ ਹੁੰਦੀ ਰਹਿੰਦੀ ਹੈ। ਕਦੇ ਸੰਡੀ ਕਦੇ ਤੱਤੀ, ਕਿਤੇ ਖੇਲਣਾ ਤੇ ਵਿਚਾਰਾਂ ਦੀ, ਕਿਤੇ ਧਾਰਮਿਕ ਕਿਤੇ ਸਮਾਜਿਕ ਕਿਤੇ ਰਾਜਨੀਤਿਕ, ਇਹ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ। ਪੱਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਰੀਤੂਆਂ ਦੇ ਗਮ ਚੁਬਲ ਕੇ ਤੱਤੀਆਂ ਤਵੀਆਂ ਤੇ ਬਹਿ ਗਏ, ਸਾਹਿਬਾਂ ਦਾ ਚੌਂਕੜਾ ਲੱਗਾ ਵੇਖ ਕੇ। ਓ ਤਾਂ ਸਮੇਂ ਦਾ ਬੁੰਨਿਆ ਪਰਵੰਨਿਆ ਫਕੀਰ ਸਹੀ ਮੀਆਂ ਮੀਰ, ਉਹ ਵੀ ਕਹਿ ਉੱਠਿਆ ਸਮੇਂ ਦੀ ਹੈ ਪੂੰਤੇ, ਕੀ ਸਮਝਦੀ ਇਸ ਮਹਾਂਪੁਰਖ ਨੂੰ, ਇੱਥੇ ਪਰਮਾਤਮਾ ਦੀ ਮੌਜ ਵਿੱਚ ਜੁੜਿਆ ਬੈਠਾ। ਇੱਕ ਵਾਰੀ ਅੱਖ ਚਮਕ ਦੇਵੇ, ਆ ਧਰਤੀ ਤੇ ਆਕਾਸ਼ ਦੀ ਤਾੜੀ ਜਾ ਦੇਵੇ, ਆ ਉੱਚੀਆਂ ਅਟਾਰੀਆਂ ਮਿੱਟੀ ਵਿੱਚ ਮਿਲਾ ਦੇਵੇ, ਇਹਦੇ ਵਿੱਚ ਇੰਨੀ ਤਾਕਤ ਏ। ਬਈ ਇਹਨੇ ਜਹਾਂਗੀਰ ਨੂੰ ਵੀ ਸੁਨੇਹਾ ਭੇਜਿਆ, ਕਹਿੰਦਾ ਇਸ ਸੱਤ ਦੇ ਨਾਲ ਨਵੀਂ ਟੱਕਰ ਪੂਜਾ ਹੁੰਦੀ ਹੋਵੇਗੀ ਹਾਰ ਤੇਰੀ। ਓਏ ਕਬਰ ਦੀ ਅੱਗ ਜੇ ਪਲਕੇ ਉੱਠੀ, ਪਗੜ ਜਾਊਗੀ ਖੁੰਡੀ, ਤਲਵਾਰ ਤੇਰੀ। ਗੁਰੂ ਹਰਗੋਬਿੰਦ ਸਾਹਿਬ ਵਾਲਾ ਨੇ ਵੀ ਆਖਿਆ ਸੀ, ਕਹਿੰਦੇ ਜਹਾਂਗੀਰ ਬੜਾ ਤੱਤਾ ਏ, ਬੜਾ ਉੜਕਦਾ ਏ, ਇਹ ਗੱਲ ਤੇ ਮੰਨੀ ਮੇਰੀ ਸਦਾ ਕੋ ਦਬਾਣਾ ਨਾਮੁਮਕਿਨ ਹੈ, ਮਗਾ ਹਯਾਦ ਕੀ ਲਲਕਾਰ ਕੌਣ ਰੋਕੇਗਾ। ਓ ਮੇਰੇ ਖਿਆਲੋ ਕੀ ਪਰਵਾਦ ਕੋ ਰੋਕਣੇ ਵਾਲੇ ਹਰਗੋਬਿੰਦ ਦੀ ਤਲਵਾਰ ਕੌਣ ਰੋਕੇਗਾ, ਇਹ ਗੱਲ ਸੱਚੀ ਨਿਕਲੀ। ਸਤਿਗੁਰੂ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਰੇਤੀਆਂ ਦੇਗਾਂ ਵਿੱਚ ਉਬਲ ਕੇ ਸੀਸ ਤੇ ਪਵਾ ਕੇ ਤੱਤੀ ਰੇਤਾ ਹੋ ਗਿਆ ਸ਼ਹੀਦ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿਵੇਂ 11 ਸਾਲ ਦੀ ਉਮਰ ਪੈਰ ਕੇ ਦੋ ਤਲਵਾਰਾਂ ਸੀਸ ਤੇ ਸਜਾ ਕੇ ਦਸਤਾਰ ਉੱਤੇ ਲਾ ਕੇ ਕਲ ਗਈ, ਭਈ ਮੋਢੇ ਪਾ ਕੇ ਤੀਰਾਂ ਵਾਲਾ ਪੱਠਾ ਸਾਹਮਣੇ ਬਿਠਾਇਆ ਸੁਰਵੀਰ ਯੋਧਿਆਂ ਦਾ ਜੱਥਾ। ਜਦ ਬੈਠੇ ਪਲੰਘ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਪੰਜ ਵੇਲੇ ਪੰਜ ਪੀਰ ਸ਼ਰਨ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਛੋਟੀਆਂ ਰੂਪ ਦਿਖਾਉਣ ਵਾਰੋ ਵਾਰੀ, ਦਮ ਪੰਜਨ ਗੁਰ ਸੂਰਮਾ ਬਾਡੀ ਉਹਦਾ ਬਹੁ ਭਾਰੀ ਉਪਕਾਰੀ। ਪਰ 1609 ਈਸਵੀ ਵਿੱਚ ਕਰਕੇ ਕਾਲ ਤਖਤ ਦੀ ਸਾਜਣਾ, ਮਹਾਰਾਜ ਕਹਿੰਦੇ ਢਾਡੀ ਜਥਾ ਲੈ ਕੇ ਆਓ, ਅੰਮ੍ਰਿਤ ਵੇਲੇ ਗਾਉਣਗੇ ਰਾਗੀ ਆਸਾ ਦੀ ਵਾਰ, ਲੋਕਡੇ ਵੇਲੇ ਗਾਉਣਗੇ ਢਾਡੀ ਵਾਰ, ਪਹਿਲੇ ਢਾਡੀ ਹੋਣੇ ਨਦਮਲ ਤੇ ਅਬਦੁੱਲਾ ਜੀ, ਇਹਨਾਂ ਦਾ ਨਗਰ ਸੀ ਸੁਲਤ ਜਲਾ ਲਾਹੌਰ, ਇਹਤੇ ਬਾਬਾ ਵਜੀਦ ਚੰਦ ਸਾਹਿਬ ਜੀ ਨੇ ਕਿਰਪਾ ਕੀਤੀ, ਇਹਨਾਂ ਨੂੰ ਹਾਥੀ ਤੇ ਬਿਠਾ ਕੇ ਲੈ ਕੇ ਆਏ। ਜਦਾ ਕੇ ਫੇਰਿਆ ਨਥੇ ਨੇ ਸਰੰਗੀ ਦੇ ਉੱਤੇ ਤੰਦੂਗਾ ਦਨ ਮਾਰੇ, ਅਬਦੁੱਲੇ ਨੇ ਢੱਡ ਦੇ ਉੱਤੇ ਹੱਥ, ਸੁਣ ਕੇ ਢਾਡੀਆਂ ਕੋਲੋਂ ਜਸ਼ੀਲੀਆਂ ਵਾਰਾ, ਮਾਰਾ ਦਿਆ ਡੋਲੇ ਫਰ ਕੇ ਉੱਠੇ, ਨੇਤਰਾਂ ਵਿੱਚ ਖੂਨ ਆ ਗਿਆ, ਇਹਨਾਂ ਚਰ ਕਰਦੀ ਖਿੱਚੀ ਮੈਂ ਚੋ ਤਲਵਾਰ, ਖੜਕੇ ਅਕਾਲ ਤਖ਼ਤ ਦੇ ਵਿਚਕਾਰ ਇੱਕ ਜ਼ੋਰਦਾਰ ਐਲਾਨ ਐਉਂ ਕੀਤਾ ਜੀ, ਮੇਰੇ ਸਤਿਗੁਰ ਕਾਲੇਗੀ ਵਾਲੜੇ, ਮੇਰੇ ਸਤਿਗੁਰ ਕਾਲੇਗੀ ਵਾਲੜੇ, ਹਰਗੋਬਿੰਦ ਗੁਰੂ ਅਵਤਾਰ ਬੈਠੇ ਦੋ ਤਲਵਾਰਾਂ ਪਹਿਣਕੇ, ਬੈਠੇ ਦੋ ਤਲਵਾਰਾਂ ਪਹਿਣਕੇ, ਸੋਹਣੀ ਸੁਰ ਸਜੇ ਦੋ ਸਤਾਰ, ਐਣੋ ਬੋਲਣੇ ਫਿਰ ਗੱਜ ਕੇ, ਐਣੋ ਬੋਲਣੇ ਫਿਰ ਗੱਜ ਕੇ, ਜਿਨੂੰ ਸਿੱਖੀ ਨਾਲ ਪਿਆਰ ਲੈ ਕੇ ਆਓ ਘੋੜੇ ਕੀਮਤੀ, ਲੈ ਕੇ ਆਓ ਘੋੜੇ ਕੀਮਤੀ, ਦੇਓ ਪੇਟਾ ਵਿੱਚ ਹਥਿਆਰ, ਮੈਨੂੰ ਲੋੜ ਸਰਾਂ ਦੀ ਪੈ ਗਈ, ਮੈਨੂੰ ਲੋੜ ਸਰਾਂ ਦੀ ਪੈ ਗਈ, ਆਓ ਸੀਸ ਤਲੀ ਤੇ ਤਾਰ ਤਿੱਖੀਆਂ ਤੇ ਗਾਂ ਤੇ ਨੱਚ ਕੇ, ਤਿੱਖੀਆਂ ਤੇ ਗਾਂ ਤੇ ਨੱਚ ਕੇ, ਕਰ ਦਿਓ ਦੁਸ਼ਟਾ ਦਾ ਸੰਘਾਰ, ਜਿਹੜਾ ਚਾਹੁੰਦਾ ਖੁਸ਼ੀ ਸਾਡੜੀ, ਜਿਹੜਾ ਚਾਹੁੰਦਾ ਖੁਸ਼ੀ ਸਾਡੜੀ, ਚੁੰਮੇ ਤੇ ਖੰਡੇ ਦੀ ਤਾਰੇ ਆਖੇ ਲੱਗ ਜੋ, ਲੱਗ ਜੋ ਬੈਲੀ ਉਹ ਮੰਨ ਲੈ, ਫਿਰ ਨਹੀਂ ਆਉਣਾ ਪਊ ਪੁਛਤਾਉਣਾ, ਸ਼ਸਤਰ ਚੁੱਕ ਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।